No. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਤਸੰਗ ਜੀ, ਅਸੀਂ ਸਾਰੇ ਹੀ ਜਾਣਦੇ ਹਾਂ ਕਿ ਆ ਪਿੱਛੇ ਜੇ ਮਾਮਲਾ ਆਇਆ, ਇੱਕ ਵੀਰ ਸੀਗਾ, ਨਾਮ ਸੀ ਵਿੱਕੀ ਗਾਉਂਡਰ, ਉਸਦਾ ਇਨਕਾਊਂਟਰ ਕਰ ਦਿੱਤਾ ਗਿਆ ਅਤੇ ਗੱਲ ਨਿਕਲ ਕੇ ਇਹ ਆ ਰਹੀ ਹੈ ਸਾਹਮਣੇ, ਜ਼ਿਆਦਾਤਰ ਇਹੀ ਕਹਿ ਰਹੇ ਨੇ ਕਿ ਫੇਕ ਇਨਕਾਊਂਟਰ ਹੋਇਆ। ਚਲੋ ਜੋ ਵੀ ਆ, ਫੇਕ ਹੋਇਆ ਭਾਵੇਂ ਸੱਚੀ ਦਾ ਮੁਕਾਬਲਾ ਸੀ, ਪਰ ਬੜੀ ਦੁੱਖ ਵਾਲੀ ਗੱਲ ਆ ਕਿ ਸਾਡੇ ਪੰਜਾਬ ਦੇ ਨੌਜਵਾਨ ਨੇ ਜੋ, ਉਹਨਾਂ ਦਾ ਜੋ ਜੋਸ਼ ਆ ਉਸਨੂੰ ਪਹਿਲਾਂ ਲੀਡਰ ਪੁੱਠੇ ਪਾਸੇ ਨੂੰ ਇਸਤੇਮਾਲ ਕਰਦੇ ਨੇ, ਉਹਨਾਂ ਨੂੰ ਮਿਸਗਾਈਡ ਕੀਤਾ ਜਾਂਦਾ, ਫਿਰ ਬਾਅਦ ਵਿੱਚ ਜੇ ਉਹ ਚੰਗੇ ਪਾਸੇ ਆਉਣ ਦੀ ਕੋਸ਼ਿਸ਼ ਵੀ ਕਰਦੇ ਨੇ ਤਾਂ ਫਿਰ ਉਹਦੇ ਇਨਕਾਊਂਟਰ ਕਰ ਦਿੱਤੇ ਜਾਂਦੇ ਨੇ। ਹੁਣ ਵਿੱਕੀ ਗਾਉਂਡਰ ਦੀ ਹੀ ਗੱਲ ਕਰ ਲਈਏ ਤਾਂ ABP ਨਿਊਜ਼ ਵਾਲੇ ਕਹਿੰਦੇ ਨੇ ਕਿ ਕੁਝ ਦਿਨ ਪਹਿਲਾਂ ਉਹਨੇ ਇੰਟਰਵਿਊ ਦੇ ਲਈ ਕਿਹਾ ਸੀਗਾ ਅਤੇ ਉਹ ਇੰਟਰਵਿਊ ਦੇਣਾ ਚਾਹੁੰਦਾ ਸੀਗਾ ਉਹਨਾਂ ਸਿੰਗਰਾਂ ਦੇ ਖਿਲਾਫ ਜਿਹੜੇ ਨੌਜਵਾਨਾਂ ਨੂੰ ਭੜਕਾਉਂਦੇ ਨੇ। ਜਾਣੀ ਇੱਥੋਂ ਸਾਫ਼ ਪਤਾ ਲੱਗਦਾ ਕਿ ਉਸਨੂੰ ਖੁਦ ਨੂੰ ਇਹ ਗੱਲ ਰਿਅਲਾਈਜ਼ ਸੀ ਪੂਰੀ ਕਿ ਮੈਂ ਜਿਸ ਦੁਨੀਆ ਦੇ ਵਿੱਚ ਪਹੁੰਚ ਚੁੱਕਿਆ, ਇੱਥੋਂ ਨਿਕਲਣਾ ਬੜਾ ਮੁਸ਼ਕਲ ਆ, ਨੌਜਵਾਨਾਂ ਨੂੰ ਅਵੇਅਰ ਕਰਾਂ। ਇੱਕ ਵੀਰ ਪਹਿਲਾਂ ਜੋ ਸੁੱਖਾ ਕਾਲਮਾ ਸੀ, ਕਾਫ਼ੀ ਜ਼ਿਆਦਾ ਆਪਸ ਵਿੱਚ ਵੀ ਵੈਸੇ ਚਲੋ ਇਹਦੀਆਂ ਦੁਸ਼ਮਣੀਆਂ ਸੀਗੀਆਂ ਜੋ ਮਰਜ਼ੀ ਆ, ਪਰ ਕੋਈ ਵੀ ਨੌਜਵਾਨ ਆ, ਕੋਈ ਵੀ ਮੁੰਡਾ ਆ, ਉਹ ਕਦੇ ਨਹੀਂ ਚਾਹੁੰਦਾ ਕਿ ਉਹ ਵੱਡਾ ਹੋ ਕੇ ਇਹੋ ਜਿਹੀ ਦੁਨੀਆ ਦੇ ਵਿੱਚ ਵੜ ਜਾਵੇ ਕਿ ਆਪਣੇ ਪਰਿਵਾਰ ਨੂੰ ਮਿਲਣ ਤੋਂ ਜਾਂਦਾ ਲੱਗੇ, ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਜਾਂਦਾ ਲੱਗੇ, ਆਪਣੇ ਯਾਰਾਂ ਦੋਸਤਾਂ ਦੇ ਵਿੱਚ ਖੁੱਲ੍ਹ ਕੇ ਵਿਚਰਨਾ ਉਸਦੇ ਲਈ ਇੱਕ ਸੁਪਨਾ ਬਣ ਕੇ ਰਹਿ ਜਾਵੇ। ਇਹ ਚੀਜ਼ਾਂ ਸ਼ੁਰੂ ਹੁੰਦੀਆਂ ਨੇ ਕਾਲਜ ਦੇ ਟਾਈਮ ਤੋਂ। ਹਰ ਇੱਕ ਚਾਹੁੰਦਾ ਹੁੰਦਾ ਉਸ ਸਮੇਂ ਕਿ ਮੈਂ ਮਸ਼ਹੂਰ ਹੋਵਾਂ, ਹਰ ਇੱਕ ਦੇ ਅੰਦਰ ਜੋਸ਼ ਹੁੰਦਾ ਉਸ ਸਮੇਂ, ਹਰ ਕੋਈ ਚਾਹੁੰਦਾ ਆ ਕਿ ਮੈਂ ਲੀਡਰ ਬਣਾ, ਨੌਜਵਾਨਾਂ ਦੇ ਅੰਦਰ ਚਾਹ ਹੁੰਦੀ ਹੈ ਇਹ। ਅਤੇ ਲੀਡਰ ਕੀ ਕਰਦੇ ਨੇ, ਲੀਡਰ ਆਮ ਤੌਰ 'ਤੇ ਇਲਾਕੇ ਦੇ MLA ਹੋਣ ਜਾਂ MP ਹੋਣ, ਉਹ ਮੁੰਡਿਆਂ ਨੂੰ ਕਹਿੰਦੇ ਨੇ ਲਓ ਜੀ ਫਲਾਣੇ ਕਾਲਜ ਦੇ ਵਿੱਚੋਂ ਇੰਨੇ ਮੁੰਡਿਆਂ ਨੂੰ ਲੈ ਆਇਓ, 30 ਨੂੰ ਲੈ ਆਇਓ, 50 ਨੂੰ ਲੈ ਆਇਓ, ਆ ਫਲਾਣੀ ਜਗ੍ਹਾ ਰੈਲੀ ਆ। ਸੋ ਹੁੰਦਾ ਕੀ ਆ, ਫਿਰ ਜਿਹੜੇ ਨੌਜਵਾਨ ਨੇ ਇੱਕ ਦੂਜੇ ਤੋਂ ਮੂਹਰੇ ਹੋ ਕੇ ਉਹ ਕੋਸ਼ਿਸ਼ ਕਰਦੇ ਨੇ ਕਿ ਅਸੀਂ MLA ਦੇ ਨਾਲ ਬਣਾਉਣੀ ਆ, ਅਸੀਂ ਕੰਮ ਲੈਣੇ ਨੇ, ਸਾਡੀ ਚੜ੍ਹਾਈ ਹੋ ਜੂਗੀ, ਐਵੇਂ ਦੀਆਂ ਖਿਆਲ ਹੁੰਦੇ ਨੇ ਨੌਜਵਾਨਾਂ ਨੂੰ, ਇੰਨਾ ਨਹੀਂ ਪਤਾ ਹੁੰਦਾ। ਚਲੋ ਉਹ ਵਿਚਾਰੇ ਉਹ ਨੌਜਵਾਨਾਂ ਨੂੰ ਇਕੱਠੇ ਕਰ ਕਰਕੇ ਲੈ ਕੇ ਜਾਂਦੇ ਨੇ MLA ਦੇ ਕੋਲ, ਰੈਲੀਆਂ 'ਤੇ ਲੈ ਕੇ ਜਾਂਦੇ ਨੇ, ਅਤੇ ਇੱਥੋਂ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਕਾਲਜ ਦੇ ਵਿੱਚ, ਜਾਣੀ ਪ੍ਰਧਾਨਗੀਆਂ ਦਾ। ਹੁਣ ਜਦੋਂ ਫਿਰ ਦੂਜੇ ਗਰੁੱਪ ਵਾਲੇ ਹੁੰਦੇ ਨੇ ਜਿਹੜੇ, ਉਹ ਪ੍ਰਧਾਨ ਅਨਾਊਂਸ ਕਰਦੇ ਨੇ ਕਿਸੇ ਨੂੰ, ਤਾਂ ਉਹਦੇ ਨਾਲ ਲੜਾਈ ਹੁੰਦੀ ਆ, ਨਿੱਕੀਆਂ ਮੋਟੀਆਂ ਲੜਾਈਆਂ ਹੁੰਦੀਆਂ, ਅਤੇ ਉਸ ਤੋਂ ਬਾਅਦ ਵਿੱਚ ਦੁਸ਼ਮਣੀ ਪੈ ਜਾਂਦੀ ਹੈ ਤਾਂ ਬੰਦਾ ਹਥਿਆਰ ਰੱਖਣ ਲੱਗ ਜਾਂਦਾ। ਜਦੋਂ ਹਥਿਆਰ ਰੱਖ ਲਿਆ ਕੋਲ ਤਾਂ ਫਿਰ ਕੋਈ ਨਾ ਕੋਈ ਬੰਦਾ ਵੀ ਮਾਰਿਆ ਜਾਂਦਾ, ਹੋਰ ਜ਼ਿਆਦਾ ਕੰਮ ਵੱਧ ਜਾਂਦੇ ਨੇ, ਫਿਰ ਜੇਲ੍ਹਾਂ ਦੇ ਵੀ ਗੇੜੇ ਲਾਉਣੇ ਪੈਂਦੇ ਨੇ। ਸੋ ਇਹ ਇਹੋ ਜਿਹੀ ਦੁਨੀਆ ਆ ਕਿ ਸ਼ੁਰੂਆਤ ਹੁੰਦੀ ਆ ਜਸਟ ਇੱਥੋਂ ਕਿ ਮੈਂ ਕਾਲਜ ਦੀ ਪ੍ਰਧਾਨਗੀ ਕਰਨੀ ਆ, ਸ਼ੁਰੂਆਤ ਜਸਟ ਇੱਥੋਂ ਹੁੰਦੀ ਆ ਕਿ ਕੋਈ ਯਾਰ ਵੇਲੀ ਆ ਕੇ ਕਹਿੰਦਾ ਬਾਈ ਉਹ ਫਲਾਣਾ ਮੈਨੂੰ ਧੱਕਾ ਮਾਰ ਗਿਆ, ਦੇਖਣਾ ਉਹਨੂੰ ਜਾ ਕੇ। ਸ਼ੁਰੂਆਤ ਹੁੰਦੀ ਆ ਸਿਰਫ ਇੱਥੋਂ ਕਿ ਰੈਲੀਆਂ 'ਤੇ ਜਾਣਾ ਆ, ਅਤੇ ਕਰਦੇ ਕਰਾਉਂਦੇ ਜੇਲ੍ਹਾਂ ਤੱਕ ਸਫ਼ਰ ਪਹੁੰਚ ਜਾਂਦਾ ਇਹ, ਅਤੇ ਫਿਰ ਮੁੜ ਕੇ ਸਾਡੇ ਨੌਜਵਾਨ ਵਿਚਾਰੇ ਜਿਹੜੇ ਬਾਹਰ ਆਉਣਾ ਵੀ ਚਾਹੁੰਦੇ ਨੇ, ਉਹਨਾਂ ਨੂੰ ਫਿਰ ਵੀ ਨਹੀਂ ਬਾਹਰ ਆਉਣ ਦਿੱਤਾ ਜਾਂਦਾ ਸਰਕਾਰਾਂ ਵੱਲੋਂ। ਅਤੇ ਆ ਵਿੱਚ ਗੁਰਮੀਤ ਸਿੰਘ ਕਹਿੰਦਾ ਜੇ ਇੰਟਰਵਿਊ ਦੇਣਾ ਚਾਹੁੰਦਾ ਸੀ ਤਾਂ ਵੀਡੀਓ ਬਣਾ ਕੇ ਫੇਸਬੁੱਕ 'ਤੇ ਪਾ ਸਕਦਾ ਸੀ। ਉਹ ਬੱਸ ਕਰ ਭਰਾ, ਤੁਸੀਂ ਕੋਈ ਚੱਜ ਦੀ ਗੱਲ ਵੀ ਕਰ ਲਿਆ ਕਰੋ। ਅਗਰ ਇੰਟਰਵਿਊ ਅਗਲੇ ਨੇ ਕੋਈ ਵੱਡੇ ਚੈਨਲ 'ਤੇ ਦੇਣੀ ਸੀ, ਕਿਸੇ ਗੱਲ ਕਰਕੇ ਹੀ ਦੇਣੀ ਸੀਗੀ, ਚੈਨਲ ਵਾਲਿਆਂ ਦਾ ਵੀ ਆ ਚੁੱਕਿਆ ਬਿਆਨ। ਅਤੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਕਿ ਵੀਰੋ ਦੇਖੋ, ਜਦੋਂ ਆਪਾਂ ਕਾਲਜਾਂ ਜਾਂਦੇ ਹਾਂ ਤਾਂ ਆਪਣੇ ਪੜ੍ਹਨ ਲਿਖਣ ਦੇ ਦਿਨ ਹੁੰਦੇ ਨੇ, ਉਹ ਗੈਂਗਸਟਰ ਬਣਨਾ ਤਾਂ ਕੋਈ ਵੀ ਨਹੀਂ ਚਾਹੁੰਦਾ ਉਸ ਸਮੇਂ, ਜਸਟ ਇੱਕ ਇੰਨੀ ਕੁ ਇੱਛਾ ਹੁੰਦੀ ਆ ਕਿ ਹਾਂ ਯਾਰ ਮੇਰਾ ਵੀ ਨਾਂ ਹੋਵੇ, ਪਰ ਉਹ ਜਿਹੜੀ ਇੰਨੀ ਕੁ ਇੱਛਾ ਹੁੰਦੀ ਆ ਉਹ ਹੌਲੀ ਹੌਲੀ ਬੰਦਾ ਜਦ ਇਸ ਦਲਦਲ ਦੇ ਵਿੱਚ ਧੱਸਣਾ ਸ਼ੁਰੂ ਹੁੰਦਾ ਤਾਂ ਉਹ ਪੂਰੇ ਦਾ ਪੂਰਾ ਬੰਦੇ ਨਿਕਲ ਜਾਂਦੀ ਆ। ਅਸੀਂ ਵੀ ਕਾਲਜਾਂ 'ਚ ਪੜ੍ਹੇ ਹੋਏ, ਅਸੀਂ ਵੀ ਦੇਖੀਆਂ ਨੇ ਆਹ ਚੀਜ਼ਾਂ, ਅਤੇ ਆਪਾਂ ਇਹਨਾਂ ਤੋਂ ਬਚਣਾ ਕਿਵੇਂ ਆ? ਅੱਜ ਸਾਡੇ ਨੌਜਵਾਨਾਂ ਨੂੰ ਕਿਵੇਂ ਗੈਂਗਸਟਰ ਕਹਿ ਕੇ ਉਹਨਾਂ ਦਾ ਸ਼ਿਕਾਰ ਖੇਡਿਆ ਜਾ ਰਿਹਾ ਆ? ਜਿਹੜੇ ਨੌਜਵਾਨਾਂ ਦਾ ਜੋਸ਼ ਕੌਮ ਦੇ ਕੰਮ ਆ ਸਕਦਾ ਆ, ਜਿਹੜੇ ਨੌ ਉਹ ਬਹਾ ਦੇਖੋ, ਹਥਿਆਰ ਭਾਵੇਂ ਜਿਹੜੇ ਮਰਜ਼ੀ ਪਾਸੇ ਨੂੰ ਅਗਲੇ ਨੇ ਚੱਕਿਆ, ਬੰਦਾ ਦਲੇਰ ਇਹ ਹਥਿਆਰ ਚੱਕ ਸਕਦਾ, ਬੰਦਾ ਦਲੇਰ ਬੰਦਾ ਹੀ ਗੋਲੀ ਚਲਾ ਸਕਦਾ ਆ, ਪਰ ਉਹਨਾਂ ਦੀ ਦਲੇਰੀ ਨੂੰ ਰੋਂਗ ਪਾਸੇ ਨੂੰ ਯੂਜ਼ ਕੀਤਾ ਗਿਆ, ਨੌਜਵਾਨਾਂ ਦੇ ਉਹਨੂੰ ਮਿਸਗਾਈਡ ਕੀਤਾ ਗਿਆ। ਇਹ ਫਰਜ਼ ਬਣਦਾ ਹੁੰਦਾ ਸਮਾਜ ਲੀਡਰਾਂ ਦਾ ਕਿ ਅਸੀਂ ਨੌਜਵਾਨੀ ਨੂੰ ਚੰਗੇ ਪਾਸੇ ਲੈ ਕੇ ਜਾਈਏ, ਪਰ ਇੱਥੇ ਹੋ ਕੀ ਰਿਹਾ? ਨੌਜਵਾਨੀ ਨੂੰ
ਆਪਣੇ ਪਰਪਸ ਦੇ ਲਈ, ਆਪਣੇ ਮਹੱਤਵ ਦੇ ਲਈ ਪੁੱਠੇ ਪਾਸੇ ਨੂੰ ਵਰਤਿਆ ਜਾ ਰਿਹਾ, ਤੇ ਜਦੋਂ ਯੂਜ਼ ਕਰ ਲੈਂਦੇ ਨੇ ਫਿਰ ਆਹ ਕੁਛ ਹੁੰਦਾ, ਫਿਰ ਐਨਕਾਊਂਟਰ ਹੁੰਦੇ ਨੇ ਉਹਨਾਂ ਦੇ। ਤੇ ਨੌਜਵਾਨਾਂ ਨੂੰ ਲੋੜ ਆ ਸਮਝਣ ਦੀ ਕਿ ਅਸੀਂ ਗੁਰੂ ਦੇ ਲੜ ਲੱਗੀਏ। ਜੇ ਆਪਾਂ ਗੁਰੂ ਦੇ ਲੜ ਲੱਗੇ ਹੋਈਏ ਨਾ, ਫਿਰ ਬੰਦਾ ਇਹੋ ਜਿਹੀ ਦਲ ਦਲ ਦੇ ਵਿੱਚ ਧੱਸਦਾ ਹੀ ਹੈ ਨਹੀਂ। ਕਈ ਵਾਰ ਤਾਂ ਹੁੰਦਾ ਚਲੋ ਹਾਲਾਤ ਇਹੋ ਜਿਹੇ ਹੋ ਜਾਂਦੇ ਨੇ, ਬੰਦਾ ਚਲੇ ਨਾ, ਪਰ ਜੇ ਤੁਸੀਂ ਗੁਰਬਾਣੀ ਦੇ ਰਸੀਏ ਹੋਏਗੇ ਹੋ, ਬਾਣੀ ਪੜ੍ਹੇਂਗੇ ਹੋ, ਤਾਂ ਤੁਸੀਂ ਆਪਣੇ ਆਪ ਨੂੰ ਇਹੋ ਜਿਹੀਆਂ ਅਲਾਮਤਾਂ ਤੋਂ ਬਚਾ ਕੇ ਰੱਖੇਂਗੇ ਹੋ, ਇਹੋ ਜਿਹੀਆਂ ਚੀਜ਼ਾਂ ਤੋਂ ਬਚਾ ਕੇ ਰੱਖੇਂਗੇ ਹੋ ਜੇ ਗੁਰੂ ਨਾਲ ਜੁੜੇ ਹੋਏ ਹੋਏਗੇ ਹੋ ਪਹਿਲਾਂ ਤੋਂ। ਸੋ ਨੌਜਵਾਨ ਵੀਰਾਂ ਨੂੰ ਬੇਨਤੀ ਆ ਕਿ ਇਸ ਤਰ੍ਹਾਂ ਸਰਕਾਰਾਂ ਦੇ ਨਿਸ਼ਾਨੇ 'ਤੇ ਨਾ ਆਓ, ਇਸ ਤਰੀਕੇ ਨਾਲ ਆਪਣੇ ਖੁਦ ਦਾ ਭਵਿੱਖ, ਆਪਣੇ ਪਰਿਵਾਰ ਦਾ ਭਵਿੱਖ ਖਤਰੇ 'ਚ ਨਾ ਪਾਓ। ਬੜੀ ਦੁੱਖ ਦੀ ਗੱਲ ਆ ਕਿ ਸਾਡੇ ਨੌਜਵਾਨਾਂ ਦਾ, ਜੇ ਮੈਂ ਪਹਿਲਾਂ ਵੀ ਕਿਹਾ ਵੀ ਜਿਹੜਾ ਜੋਸ਼ ਕੌਮ ਦੀ ਖਾਤਰ ਆ ਸਕਦਾ ਆ ਕੰਮ, ਉਹ ਅਜਾਈ ਜਾ ਰਿਹਾ ਆ। ਉਹ ਮੁੰਡਿਆਂ ਦੇ ਫੇਸਬੁੱਕ ਸਟੇਟਸ ਦੇਖ ਕੇ ਪਤਾ ਲੱਗਦਾ ਕਿ ਉਹ ਸਮਾਜ ਦੇ ਲਈ ਕੁਛ ਕਰਨਾ ਚਾਹੁੰਦੇ ਸੀਗੇ, ਕੁਛ ਚਾਹੁੰਦੇ ਸੀ, ਪਰ ਉਹ ਜਿਹੜੇ ਜਿਹੜੀ ਦੁਨੀਆਂ ਦੇ ਵਿੱਚ ਜਾ ਚੁੱਕੇ ਸੀ, ਉੱਥੇ ਦੁਸ਼ਮਣੀਆਂ ਹੀ ਇੰਨੀਆਂ ਪੈ ਗਈਆਂ ਸੀ ਕਿ ਉੱਥੋਂ ਵਾਪਸ ਨਿਕਲਣਾ ਔਖਾ ਹੋ ਜਾਂਦਾ ਆ। ਸੋ ਇੰਨੀ ਕੁ ਬੇਨਤੀ ਕਰਨੀ ਸੀ ਕਿ ਆਪਾਂ ਗੁਰੂ ਵਾਲੇ ਬਣੀਏ, ਆਪਾਂ ਬਾਣੀ ਦੇ ਧਾਰਨੀ ਬਣੀਏ, ਆਪਾਂ ਗੁਰੂ ਵੱਲੋਂ ਦੱਸੇ ਗਏ ਮਾਰਗ 'ਤੇ ਚੱਲੀਏ, ਤਾਂ ਕਿ ਕੋਈ ਸਾਡੇ ਜੋਸ਼ ਨੂੰ ਪੁੱਠੇ ਪਾਸੇ ਨੂੰ ਨਾ ਵਰਤ ਸਕੇ, ਤਾਂ ਕਿ ਕੋਈ ਸਾਡਾ ਭਵਿੱਖ ਨਾ ਤਬਾਹ ਕਰ ਸਕੇ। ਅਤੇ ਸਿੰਗਰਾਂ ਦੇ ਸੰਬੰਧ ਵਿੱਚ ਹੀ ਮੈਂ ਦੇਖੋ ਕਿੰਨਾ ਰੌਲਾ ਪਾਇਆ ਇਹਦੇ, ਵੀ ਇਹ ਨੌਜਵਾਨਾਂ ਨੂੰ ਆਸ਼ਕੀ ਚਲਾ ਰਹੇ ਨੇ, ਹਥਿਆਰਾਂ ਨੂੰ ਪ੍ਰਮੋਟ ਕਰ ਰਹੇ ਨੇ, ਬਦਮਾਸ਼ੀ ਪ੍ਰਮੋਟ ਕਰ ਰਹੇ ਨੇ। ਅਤੇ ਜੋ ਵੀਰਾ ਵਿੱਕੀ ਕਾਊਂਟਰ ਸੀਗਾ, ਇਹ ਵੀ ਉਹਨਾਂ ਦੇ ਸੰਬੰਧ ਵਿੱਚ ਹੀ ਬੋਲਣਾ ਚਾਹੁੰਦਾ ਸੀਗਾ, ਉਹਦੇ ਸੰਬੰਧ ਵਿੱਚ ਹੀ ਬੋਲਣਾ ਚਾਹੁੰਦਾ ਸੀ। ਵੀਰੋ ਗੁਰਬਾਣੀ ਵੀ ਕਹਿੰਦੀ ਆ ਕਿ ਜਿਹੜਾ ਸੰਗੀਤ ਆ ਇਹ ਚੰਗਾ ਸੁਣੋ, ਪੁੱਠੇ ਪਾਸੇ ਲੈ ਕੇ ਚਲੇ ਜਾਂਦਾ ਤੁਹਾਨੂੰ। ਨੌਜਵਾਨਾਂ ਦੇ ਅੰਦਰ ਇੱਕ ਪਹਿਲਾਂ ਹੀ ਜੋਸ਼ ਹੁੰਦਾ ਆ, ਬਲਬਲੇ ਹੁੰਦੇ ਨੇ, ਅਤੇ ਉੱਪਰੋਂ ਇਹ ਗੀਤਾਂ ਦੇ ਜ਼ਰੀਏ ਜਦੋਂ ਉਹ ਜਿਹੀਆਂ ਚੀਜ਼ਾਂ ਦਿਖਾਉਂਦੇ ਨੇ, ਮੈਂ ਆਹ ਕਰ ਦੂੰ ਉਹ ਕਰ ਦੂੰ, ਤਾਂ ਨੌਜਵਾਨਾਂ ਨੂੰ ਹੋਰ ਮੋਟੀਵੇਟ ਕਰਦੇ ਨੇ ਪੁੱਠੇ ਪਾਸੇ ਨੂੰ, ਠੀਕ ਆ ਜੀ, ਪੁੱਠੇ ਪਾਸੇ ਨੂੰ ਕਰਦੇ ਨੇ ਫਿਰ। ਅਤੇ ਸ਼ੋਭਪ੍ਰੀਤ ਸਿੰਘ ਬਰਾੜ ਕਹਿੰਦਾ ਤੂੰ ਸਾਰਾ ਜੋਸ਼ ਫੇਸਬੁੱਕ 'ਤੇ ਲਾ ਦੇਵੀਂ, ਤੈਨੂੰ ਮੇਰਾ ਵੀਰ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦਾ ਸ਼ਾਇਦ ਨਾ ਪਤਾ ਹੋਣਾ ਆ, ਜੇ ਪਤਾ ਨਹੀਂ ਹੈਗਾ ਤਾਂ ਮਾੜਾ ਮੋਟਾ ਸਰਚ ਕਰ ਲਓ ਕਿ ਕਿੰਨੇ ਕੰਮ ਕੀਤੇ ਨੇ ਪੰਜਾਬ ਦੇ ਵਿੱਚ, ਵੱਖ ਵੱਖ ਜ਼ਿਲ੍ਹਿਆਂ ਅਤੇ ਤਹਿਸੀਲਾਂ ਦੇ ਵਿੱਚ ਅਸੀਂ ਗੁਰਮਤਿ ਕਲਾਸਾਂ ਲਵਾ ਰਹੇ ਹਾਂ, ਗਰੀਬਾਂ ਦੀ ਵੀ ਹੈਲਪ ਕਰਦੇ ਹਾਂ। ਤੁਹਾਡਾ ਜਿਹੜਾ ਕੰਟੀਨੀ ਮਡੀਰ ਸ਼ੋਅ, ਜਿਹੜਾ ਧੀਆਂ ਭੈਣਾਂ ਨੂੰ ਗੰਦੇ ਗੰਦੇ ਸਵਾਲ ਪੁੱਛਦਾ ਸੀ, ਉਹ ਬੰਦ ਕਰਾਇਆ ਪਿਆ ਆ, ਦੱਸੋ ਉਹਦੀ ਸ਼ੂਟਿੰਗ ਕਿੱਥੇ ਹੁੰਦੀ ਆ, ਜੇ ਕਰਦਾ ਤਾਂ ਵੀ ਦੱਸ ਦਿਓ, ਬੰਦ ਕਰਵਾ ਵੀ ਦੇਵਾਂਗੇ, ਹੁਣ ਤਾਂ ਉਹਦੀ ਹੋਈ ਨਹੀਂ ਪਿਛਲੇ 8-9 ਮਹੀਨਿਆਂ ਤੋਂ ਸ਼ੂਟਿੰਗ, ਕਿਤੇ ਲੁੱਕ ਛਿਪ ਕੇ ਕਿਤੇ 2-3 ਥਾਂ 'ਤੇ ਕਰ ਗਿਆ ਵੀ ਕਰ ਗਿਆ ਵੀ, ਨਹੀਂ ਤਾਂ ਹਰੇਕ ਹਫ਼ਤੇ ਕਰਦਾ ਸੀ, ਉਹ ਰੋਕਿਆ ਪਿਆ ਪੂਰਾ। ਦਵਾਨ ਟੋਡਰਮੱਲ ਜੀ ਦੀ ਹਵੇਲੀ ਦੀ ਸਫਾਈ ਕਰਵਾਈ ਆ, ਹੋਰ ਵੀ ਹੁਣ ਇੱਕ ਵੱਡਾ ਪ੍ਰੋਗਰਾਮ ਉਲੀਕਣ ਜਾ ਰਹੇ ਹਾਂ, ਤੁਹਾਨੂੰ ਛੇਤੀ ਹੋ ਸਕਦਾ 2 ਵੱਡੇ ਕੰਮ ਕਰਨੇ ਨੇ ਹੋਰ। ਸੋ ਮੇਰਾ ਵੀਰ ਉਂਝੋਂ ਨਾ ਕਮੈਂਟ ਕਰੀ ਜਾ ਕਰੋ, ਪਹਿਲਾਂ ਸੋਚ ਲਿਆ ਕਰੋ। ਗੁਰਬਾਣੀ ਵੀ ਕਹਿੰਦੀ ਆ ਕਿ ਜਿਹੜੀ ਲੱਚਰ ਗਾਇਕੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਗਾਇਕੀ ਹੈ, ਜੇ ਪੁੱਠੇ ਪਾਸੇ ਨੂੰ ਸੇਧ ਦੇ ਰਹੀ ਆ ਤਾਂ ਉਹ ਲੈ ਜਾਂਦੀ ਆ ਬੰਦੇ ਨੂੰ ਉੱਧਰ ਨੂੰ, ਨਾਮ ਤੋਂ ਤੋੜ ਦਿੰਦੀ ਆ। ਸੋ ਨੌਜਵਾਨਾਂ ਨੂੰ ਬੇਨਤੀ ਆ ਕਿ ਭਰਾਵੋ ਆਪਣਾ ਤੁਹਾਡਾ ਜੋ ਜੋਸ਼ ਆ ਉਸ ਨੂੰ ਕਿਸੇ ਦੇ ਹੱਥੀਂ ਗਲਤ ਪਾਸੇ ਨੂੰ ਇਸਤੇਮਾਲ ਨਾ ਹੋਣ ਦੇਵੋ, ਬਚ ਕੇ ਰਹੋ ਇਹਨਾਂ ਚੀਜ਼ਾਂ ਤੋਂ। ਕਾਲਜ ਜਾਂਦੇ ਹੋ, ਪੜ੍ਹੋ ਲਿਖੋ, ਬਾਕੀ ਜੇ ਕਾਲਜ ਨਹੀਂ ਜਾਂਦੇ ਆਪਣੇ ਕੰਮ ਕਾਰ ਵੱਲ ਧਿਆਨ ਦੇਵੋ। ਬਦਮਾਸ਼ੀਆਂ ਦੇ ਵਿੱਚ ਕੁਛ ਨਹੀਂ ਰੱਖਿਆ, ਕੋਈ ਜੰਮਦਾ ਬਦਮਾਸ਼ ਨਹੀਂ ਹੁੰਦਾ, ਸਿਸਟਮ ਇਹੋ ਜਿਹਾ ਗੰਦਾ ਆ ਕਿ ਮੁੰਡਿਆਂ ਨੂੰ ਉੱਧਰ ਨੂੰ ਲੈ ਵੜਦੇ ਨੇ, ਧੱਕ ਦਿੰਦੇ ਨੇ ਮੁੰਡਿਆਂ ਨੂੰ ਉੱਧਰ ਨੂੰ, ਉਹਦੇ ਜੋਸ਼ ਨੂੰ ਉੱਧਰ ਨੂੰ ਲੈ ਵੜਦੇ ਨੇ, ਬਰਤਨਾਂ ਦਾ ਯੂਜ਼ ਕਰਕੇ ਫਿਰ ਦੇਖ ਲਓ ਮੁੜ ਕੇ ਇਨਕਾਊਂਟਰ ਹੁੰਦੇ ਨੇ। ਸ਼ੁਰੂਆਤ ਹੁੰਦੀ ਆ ਕਾਲਜਾਂ ਦੀਆਂ ਪ੍ਰਧਾਨਗੀਆਂ ਤੋਂ, ਸ਼ੁਰੂਆਤ ਹੁੰਦੀ ਆ ਰੈਲੀਆਂ ਤੋਂ। ਸੋ ਜੇ ਤੁਸੀਂ ਕਾਲਜ ਦੀਆਂ ਪ੍ਰਧਾਨਗੀਆਂ ਦੇ ਰੌਲਿਆਂ 'ਚ ਨਹੀਂ ਪੈਂਗੇ ਹੋ, ਰੈਲੀਆਂ ਵਾਲੇ ਰੌਲਿਆਂ 'ਚ ਨਹੀਂ ਪੈਂਗੇ ਹੋ, ਤਾਂ ਬਾਕੀ ਸਾਰਾ ਕੁਝ ਸੇਫ ਆ। ਆ ਰੈਲੀਆਂ ਰੂਲੀਆਂ ਵਾਲੇ ਚੱਕਰਾਂ 'ਚ ਨਾ ਪਾਓ, ਯਾਨੀ ਮੇਨ ਜਿਹੜੇ ਪੁਆਇੰਟ ਨੇ, ਪ੍ਰਧਾਨਗੀ ਵਾਲੇ ਚੱਕਰ 'ਚ ਨਾ ਪਾਓ, ਮੁੜ ਕੇ ਨਹੀਂ ਤਾਂ ਫਿਰ ਨਿਕਲਣਾ ਔਖਾ ਹੋ ਜਾਂਦਾ। ਫਿਰ ਤਾਂ ਜਿਹਦੇ ਆਪਾਂ ਕੰਮ ਆਏ ਹੁੰਦੇ ਹਾਂ ਆਪਾਂ ਉਹਨਾਂ ਤੋਂ ਕੰਮ ਲੈਣਾ ਸ਼ੁਰੂ ਕਰ ਦਿੰਦੇ ਹਾਂ, ਜਾਂ ਕੋਈ ਸਾਡੇ ਕੰਮ ਆਇਆ ਹੁੰਦਾ ਉਹ ਸਾਤੋਂ ਫਿਰ ਕੰਮ ਲੈਂਦਾ ਆ, ਅਤੇ ਆਪਾਂ ਫਿਰ ਅਲਜਦੇ ਚਲੇ ਜਾਂਦੇ ਹਾਂ ਗਾਹਾਂ ਤੋਂ ਗਾਹਾਂ, ਫਿਰ ਬੰਦਾ ਇਸ ਦੇ ਵਿੱਚ ਬਹੁਤ ਜ਼ਿਆਦਾ ਧੱਸ ਜਾਂਦਾ ਆ, ਇਹ ਦਲ ਦਲ 'ਚ ਫਿਰ ਬਾਹਰ ਨਹੀਂ ਨਿਕਲ ਹੁੰਦਾ। ਬਹੁਤ ਬਹੁਤ ਧੰਨਵਾਦ ਜੀ, ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।